ਇਹ ਨਿਰੀਆਂ ਸਟੇਜ ਦੀਆਂ ਗੱਲਾਂ ਨਹੀਂ, ਅਖਬਾਰਾਂ ਬੋਲਦੀਆਂ ਨੇ, ਬੜੇ ਬੜੇ ਚੈਨਲ ਬੋਲਦੇ ਨੇ। ਟਕਸਾਲ ਕਦੇ ਮਿਟ ਨਹੀਂ ਸਕਦੀ, ਇਹ ਪੰਥ ਮਿਟ ਨਹੀਂ ਸਕਦਾ, ਕਿਉਂਕਿ ਇਹਨੂੰ ਮਿਟਾ ਵੀ ਦਊਂਗੇ, ਸਿਰ ਲਾ ਵੀ ਦਊਂਗੇ। ਇਹਦੇ ਕੋਲ ਬਾਬਾ ਦੀਪ ਸਿੰਘ ਹੈ ਜਿਹੜਾ ਫਿਰ ਸਿਰ ਤਲੀ ਤੇ ਰੱਖ ਕੇ ਲੱਖਾਂ ਦੇ ਸਿਰ ਲਾ ਦਿੰਦਾ ਹੈ। ਇਦੋਂ ਵੱਧ ਕੀ ਕਰ ਲਵੇਗੀ ਸਰਕਾਰ, ਸਿਰ ਹੀ ਲਵੇਗੀ ਜੇ ਫਿਰ ਸਿਰ ਟਿਕਾ ਲੈਂਦੇ ਨੇ। ਇਹਦੇ ਕੋਲ ਬਾਬਾ ਜਰਨੈਲ ਸਿੰਘ, ਬਾਬਾ ਮਨੀਸ਼ ਸਿੰਘ, ਇਹਦੇ ਕੋਲ ਬਾਬਾ ਗੁਰਬਖਸ਼ ਸਿੰਘ ਵਰਗੇ ਸਿਰਲੱਤ ਸੂਰਮੇ ਨੇ, ਤੇ ਤੁਹਾਡੇ ਕੋਲ ਕਾਲਜ ਵਾਲੇ ਜੂਆ ਨੇ। ਤੁਸੀਂ ਵਿਖਾ ਦਿਓ ਕੌਮ ਲਈ ਕਿਸੇ ਨੇ ਸ਼ਹਾਦਤ ਦਿੱਤੀ ਹੋਵੇ। ਇਹਦੇ ਕੋਲ ਬ੍ਰਹਮ ਵਿਦਿਆ ਦੇ ਵਿਦਵਾਨ ਪੁਰਸ਼, ਬ੍ਰਹਮ ਗਿਆਨੀ ਮਹਾਂਪੁਰਸ਼, ਵਿਦਿਆ ਦੇ ਮਾਰਦੰਡ ਅਰਬੀ, ਫਾਰਸੀ, ਸੰਸਕ੍ਰਿਤ, ਉਰਦੂ, ਪੰਜਾਬੀ, ਗੁਰਮੁਖੀ, ਸੰਸਕ੍ਰਿਤੀ, ਹਿੰਦੀ ਦੇ ਵਿਦਵਾਨ ਬ੍ਰਹਮ ਗਿਆਨੀ ਬਾਬਾ ਸੁੰਦਰ ਸਿੰਘ ਨੇ।